ਬਿਨਾ ਸਟੇਰੋਇਡ ਲਈ ਆਪਣੀ ਸਟਰੈਂਥ ਤੇ ਪਰਫਾਰਮੈਂਸ ਚ ਸਟੈਮਨੇਚ ਵਧਾ ਕਰਨਾ ਚਾਹੁੰਦੇ ਹਾਂ 10 ਬਾਈਸਪ ਕਰਲਾਂ ਲੱਗਦੀਆਂ ਨੇ 15 ਲਾਉਣਾ ਚਾਹੁੰਦੇ ਹਾਂ 5 ਕਿਲੋਮੀਟਰ ਭੱਜਿਆ ਦਾ 7 ਕਿਲੋਮੀਟਰ ਭੱਜਣਾ ਚਾਹੁੰਦਾ ਹਾਂ ਗੱਲ ਕੀ ਕੋਈ ਵੀ ਫਿਜ਼ੀਕਲ ਐਕਟੀਵਿਟੀ ਅਗਰ ਤੁਸੀਂ ਐਫੀਸ਼ੀਐਂਟਲੀ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਕੀ ਇਹ ਪੋਸੀਬਲ ਹੈ ਬਿਨਾ ਕੋਈ ਵਾਰੀ ਵਸਤੂ ਪਾਏ ਸਰੀਰ ਚ ਆਦੀ ਪਰਫਾਰਮੈਂਸ ਵਧਾ ਲੈਣੀ ਬਿਲਕੁਲ ਪੋਸੀਬਲ ਹੈ ਡਾਕਟਰ ਕ੍ਰੇਗ ਹੈਲੋ ਸਟੈਫੋਰ ਯੂਨੀਵਰਸਿਟੀ ਤੋਂ ਨਵੀਰ ਸਾਸਤੇ ਨਾਲੇ ਬਿਲਕੁਲ ਸਿੱਧ ਕਰਦੇ ਆ ਤਿੰਨ ਮਹੀ ਫੇਰ ਆ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਦਾ ਸੋ ਸ਼ੁਰੂ ਕਰਦੇ ਹਾਂ ਬਾਡੀ ਦਾ ਇੱਕ ਸਿਸਟਮ ਆ ਹੀਟ ਅਪ ਹੋਣ ਦਾ ਤੇ ਕੂਲ ਡਾਊਨ ਹੋਣ ਦਾ ਅਗਰ ਤੁਹਾਡਾ ਸਰੀਰ ਤੁਹਾਡੇ ਮਸਲ ਜਿਆਦਾ ਗਰਮ ਹੋਣਗੇ ਤਾਂ ਉਹਨਾਂ ਨੂੰ ਰੋਕਣਾ ਹੀ ਪੈਣਾ ਇਨ ਆਰਡਰ ਟੂ ਕੀਪ ਪਰਫਾਰਮਿੰਗ ਪਰ ਅਗਰ ਤੁਸੀਂ ਨਹੀਂ ਰੁਕੋਗੇ ਤਾਂ ਹਾਈਪਰਥਰਮੀਆ ਹੋ ਜਾਊਗਾ ਤੁਹਾਡੀ ਡੈਥ ਹੋ ਸਕਦੀ ਹੈ ਹਾਈਪਰਥਰਮੀ ਨਾਲ ਤਾਪਮਨ ਇੰਨਾ ਵੱਜ ਜਾਊਗਾ ਕਈ ਵਾਰ ਬੁਖਾਰ ਚੜੇ ਚ ਹਾਈਪਰਥਰਮੀਆ ਹੋ ਜਾਂਦਾ ਤੇ ਡੈਥ ਹੁੰਦੀ ਹੈਗੀ ਹੁਣ ਆਪਾਂ ਇਸ ਚੀਜ਼ ਨੂੰ ਮਸਲ ਨੂੰ ਕੂਲ ਡਾਊਨ ਕਰਕੇ ਉਹਦੀ ਪਰਫਾਰਮੈਂਸ ਕਿਵੇਂ ਬੁਧਾ ਸਕਦੇ ਆ ਮਸਲ ਦੇ ਵਿੱਚ ਇੱਕ ਐਂਜ਼ਾਈਮ ਆ ਏਪੀਕੇ ਐਂਜ਼ਾਈਮ ਜਦੋਂ ਮਸਲ ਜਾਰੇ ਗਰਮ ਹੋ ਜਾਂਦੇ ਨੇ ਸ਼ਟ ਆਫ ਹੋ ਜਾਂਦਾ ਫਿਰ ਮਸਲ એનર્ਜੀ ਨਹੀਂ ਕੱਢ ਪਾਉਂਦੇ ਉਸ ਐਂਜ਼ਾਈਮ ਨੂੰ ਸ਼ਟ ਆਫ ਹੋਣ ਤੋਂ ਆਪਾਂ ਡਿਲੇ ਕਰਨ ਦਾ ਉਹੀ ਅੱਜ ਵੀਡੀਓ ਦੇ ਵਿੱਚ ਦੱਸਣਾ ਤਾਂ ਕਿ ਸਾਡੀ ਪਰਫਾਰਮੈਂਸ ਸਾਡੇ ਮਸਲ એનર્ਜੀ ਫੋਰਸ ਕੱਢਦੇ ਰਹਿਣ ਗੱਡੀ ਦੇ ਇੰਜਨ ਨੂੰ ਦਿਮਾਗ 'ਚ ਲੈ ਕੇ ਆਓ ਉਹਦੇ ਅੱਗੇ ਰੇਡੀਏਟਰ ਲੱਗਿਆ ਹੋਇਆ ਅਗਰ ਉਹ ਰੇਡੀਏਟਰ ਨਾ ਹੋਵੇ ਤਾਂ ਗੱਡੀ ਦਾ ਇੰਜਨ ਇੰਨਾ ਗਰਮ ਹੋ ਜੂਗਾ ਪਟਾਕਾ ਪੈ ਜਾਊਗਾ ਐਵੇਂ ਸਾਡੇ ਸਰੀਰ ਤੇ ਵੀ ਰੇਡੀਏਟਰ ਲੱਗੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਹੋਊ ਚ ਸਾਡੀ ਕੋਰ ਹੈ ਉਹ ਚ ਹਾਰਟ ਕਿਡਨੀਜ਼ ਲਿਵਰ ਇਹ ਕੁਲਡਾਊਨ ਕਰਦੇ ਆ ਫਿਰ ਬਾਹਾਂ ਲੱਤਾਂ ਹੋਗੇ ਬੋਡੀਏ ਤੋਂ ਹੀਟ ਕੱਢਦੀ ਹੈ ਤੇ ਕੋਲਡ ਅੰਦਰ ਲੈ ਕੇ ਜਾਂਦੀ ਹੈ ਫਿਰ ਸਭ ਤੋਂ ਐਫੀਸ਼ੀਐਂਟ ਵੇ ਆ ਜਿਹੜਾ ਰਿਸਰਚ ਦੇ ਵਿੱਚ ਕੱਢਿਆ ਗਿਆ ਉਹਨੂੰ ਕਹਿੰਦੇ ਗਲੈਬਰਸ ਸਕਿਨ ਗਲੈਬਰਸ ਸਕਿਨ ਕਿਹੜੀ ਆ ਮੱਥਾ ਹੋ ਗਿਆ ਜਿੱਥੇ ਵਾਲ ਹੈ ਨਹੀਂ ਫੇਸ ਹੱਥ ਦੀ ਉੱਤੇ ਲਈ ਹੋ ਗਈ ਪੈਰਾਂ ਦੀਆਂ ਤੇਲੇ ਹੋ ਗਈਆਂ ਇਹ ਸਕਿਨ ਦੁਨੀਆ ਦੇ ਹਰ ਜਾਨਵਰ ਚ ਪਾਈ ਜਾਂਦੀ ਹੈ ਬੰਦੇ ਨੂੰ ਮਲਾ ਕੇ ਕੁੱਤਿਆਂ ਜੋ ਜੀਭ ਹੁੰਦੀ ਆ ਜੀਭ ਕਈ ਵਾਰ ਕੁੱਤਿਆਂ ਨੂੰ ਗਰਮੀ ਚ ਬਾਹਰ ਕੱਢੀ ਹੁੰਦੀ ਆ ਇਨ ਆਰਡਰ ਟੂ ਕੂਲ ਡਾਊਨ ਭਾਲੂਆਂ ਚ ਨੱਕ ਤੇ ਪੈਰਾਂ ਦੀਆਂ ਤਲੀਆਂ ਹੁੰਦੀਆਂ ਨੇ ਚੂਹਿਆਂ ਚ ਪੂੰਛ ਹੁੰਦੀ ਹੈਗੀ ਤਾਂ ਤੁਸੀਂ ਜਦੋਂ ਐਕਸਰਸਾਈਜ਼ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਂ ਵੈਸੇ ਕੋਈ ਕਿੱਤਾ ਹੀ ਕੰਮ ਕਰ ਰਹੇ ਹੋਗੇ ਤਾਂ ਤੁਸੀਂ ਇੰਨਾ ਏਰੀਆਜ਼ ਨੂੰ ਇਹ ਏਰੀਆ ਜਿਹੜਾ ਬੁਖਾਰ ਵੀ ਚੜਿਆ ਹੁੰਦਾ ਨਾ ਇਹ ਏਰੀਆ ਸਭ ਤੋਂ ਵੱਧ ਗਰਮ ਹੁੰਦੇ ਨੇ ਤੁਸੀਂ ਦੇਖੋ ਵੀ ਜਦੋਂ ਬਹੁਤ ਧੂਣੀ ਸੇਕਦੇ ਹੁੰਦੇ ਆਪਾਂ ਹੱਥ ਹੀ ਅੱਗੇ ਕਰਦੇ ਮਿੰਟੋ ਮਿੰਟ ਗਰਮ ਨੰਗੇ ਬਰੀ ਫਰਸ਼ ਤੇ ਤਰੋ ਮਿੰਟੋ ਮਿੰਟ ਠਾਰੀ ਚੜ ਜਾਂਦੀ ਹੈ ਤਾਂ ਆਪਾਂ ਐਕਸਰਸਾਈਜ਼ ਕਰਦੇ ਵੇਲੇ ਇਹਨਾਂ ਨੂੰ ਕੂਲ ਡਾਊਨ ਰੱਖਣਾਗਾ ਚਾਹੇ ਤਾਂ ਤੁਸੀਂ ਕੰਦ ਤੇ ਜਿੰਮ ਦੀ ਤੇ ਹੱਥ ਲਾਓ ਜਾਂ ਰਨਿੰਗ ਕਰਦੇ ਹੋ ਕਿਤੇ ਪਾਣੀ ਛੱਤ ਡਬੋ ਲੋ ਜਾਂ ਵਾਸ਼ਰੂਮ ਜਾ ਕੇ ਹੱਥ ਉੱਤੇ ਫੇਸ ਤੋਂ ਧੋ ਲਓ ਜਿਵੇਂ ਸੈੱਟ ਲਾਇਆ ਸੈੱਟ ਦੇ ਵਿੱਚ ਆ ਕੇ ਫੇਸ ਧੋ ਲ ਫ੍ਰਿਜ ਲੈਵਲ ਦਾ ਜਿਹੜਾ ਠੰਡਾ ਪਾਣੀ ਹੁੰਦਾ ਬਰਫ਼ ਵਾਲਾ ਪਾਣੀ ਨਹੀਂ ਬਰਫ਼ ਵਾਲਾ ਪਾਣੀ ਲੈ ਕੇ ਜਾਓਗੇ ਤਾਂ ਉਹ ਉਹਨੇ ਸੁੰਨ ਕਰ ਦੇਣਾ ਤੁਹਾਨੂੰ ਤਾਂ ਜਿਹੜਾ ਵੇਨਜ਼ ਬਲੱਡ ਵੇਨਜ਼ ਸੁੰਨ ਹੋ ਜਾਣਗੀਆਂ ਤਾਂ ਨਾ ਹੀ ਤੁਸੀਂ ਹੀਟ ਡੰਪ ਹੋਣੀ ਤੇ ਨਾਲ ਕੋਲਡ ਅੰਦਰ ਜਾਣਾ ਸਾਰਾ ਕੁਝ ਇੱਥੇ ਰੁਕ ਜਾਣਾਗਾ ਤਾਂ ਸੁੰਨ ਨਹੀਂ ਕਰਨਾ ਬਸ ਠੀਕ ਠੀਕ ਟੈਂਪਰੇਚਰ ਹੋਵੇ ਫ੍ਰਿਜ ਦੇ ਲੈਵਲ ਦਾ ਪਾਣੀ ਹੋਵੇ ਸਮਝ ਹੀ ਗਏ ਹੋਵੋਗੇ ਪਰ ਬਾਕੀ ਡਿਪੈਂਡ ਕਰਦਾ ਜੇ ਤੁਸੀਂ ਇੰਡੀਆ ਦੇ ਵਿੱਚੋਂ ਜਿਆਦੇ ਗਰਮੀਆਂ ਉੱਥੇ ਤਾਂ ਸ਼ਾਇਦ ਉੱਥੇ ਤੁਸੀਂ ਆਈਸ ਪੈਕ ਨਾਲ ਕਰ ਸਕਦੇ ਹੋਗੇ ਪਰ ਆਸਟ੍ਰੇਲੀਆ 'ਚ ਇੰਨੀ ਗਰਮੀ ਹੈ ਨਹੀਂ ਸੋ ਇਹ ਟਰਾਈ ਕਰੋ ਤੇ ਪਰਫਾਰਮੈਂਸ ਡੈਫ ਅਗਰ ਵੀਡੀਓ ਵਧੀਆ ਲੱਗੀ ਪਲੀਜ਼ ਸ਼ੇਅਰ ਸਬਸਕ੍ਰਾਈਬ ਮਾਈ ਚੈਨਲ ਥੈਂਕ